ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਜੰਗਲ ਰਾਜ ਚੱਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਮੰਤਰੀ, ਪੁਲਿਸ ਅਤੇ ਗੈਂਗਸਟਰਾਂ ਦਾ ਗੱਠਜੋੜ ਚੱਲ ਰਿਹਾ ਹੈ। ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੀ ਤਰੱਕੀ ਨੂੰ ਖੋਹ ਲੈਣ ਦੇ ਲਈ ਸਾਜ਼ਿਸ਼ ਦੇ ਤਹਿਤ ਕੰਮ ਹੋ ਰਿਹਾ ਹੈ। ਬਿਆਨ ਸਿੰਘ ਦੀ ਸਰਕਾਰ ਵਾਂਗ ਪੰਜਾਬ ਵਿੱਚ ਸਮੁੱਚੇ ਅਧਿਕਾਰਾਂ ਦਾ ਕਾਣ ਹੋ ਰਿਹਾ ਹੈ। ਮਜੀਠੀਆ ਨੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਉੱਪਰ ਗੈਂਗਸਟਰਾਂ ਨਾਲ ਸਬੰਧਾਰੇ ਦੋਸ਼ ਲਾਉਂਦੇ ਆ ਕਿ ਢਿਲਮਾ ਦੇ ਸਾਬਕਾ ਸਰਪੰਚ ਦੇ ਕਾਤਲਾਂ ਨੂੰ ਰੰਦਾਵਾ ਦੀ ਹੀ ਸ਼ੈ ਹੈ। ਉਹਨਾਂ ਕਹੇ ਕਿ ਇਹ ਕਤਲ ਸਿਆਸੀ ਰੰਗਿਤ ਤੌਰ ਤੇ ਹੋਇਆ ਹੈ। ਸੀਨੀਅਰ ਕਾਂਗਰਸੀ ਲੀਡਰ ਜਿਨ੍ਹਾਂ ਦੇ ਵਰਕਰ ਇਹ ਸਾਰਾ ਕੁਝ ਕਰ ਰਹੇ ਉਹ ਕਿਵੇਂ ਇਸ ਕੰਮ ਤੇ ਕਵਰ-ਅਪਰੇਸ਼ਨ ਤੇ ਲੱਗੇ ਆ। ਹੁਣ ਲੇਟੈਸਟ ਇਨਸੀਡੈਂਟ ਇੱਕ ਆਇਆ ਹੈ ਦਿਲਬੀਰ ਸਿੰਘ ਢਿਲਵਾ ਜਿਹੜੇ ਸਾਡੇ ਸਰਕਲ ਦੇ ਪ੍ਰਧਾਨ ਵੀ ਰਹੇ ਆ ਸਰਪੰਚ ਵੀ ਪਿੰਡ ਦੇ ਰਹੇ ਆ ਔਰ ਵਾਈਸ ਪ੍ਰੈਜ਼ੀਡੈਂਟ ਸਾਡੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਉਹ ਕੰਮ ਕਰ ਰਹੇ ਸੀ ਲੰਮੇ ਸਮੇਂ ਤੋਂ ਉਹਨਾਂ ਨੇ ਜਿਹੜਾ ਉੱਥੋਂ ਦੇ ਕਾਂਗਰਸ ਦੇ ਮਨਿਸਟਰ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਧੱਕੇਸ਼ਾਹੀ ਦੇ ਖਿਲਾਫ ਅੱਜ ਦੀ ਨਹੀਂ ਲੰਮੇ ਸਮੇਂ ਤੋਂ ਉਸ ਧੱਕੇਸ਼ਾਹੀ ਦਾ ਉਹ ਆਵਾਜ਼ ਉਠਾਉਂਦੇ ਰਹੇ ਆ ਉਹਦੇ ਖਿਲਾਫ ਲੜਾਈ ਲੜਦੇ ਰਹੇ ਔਰ ਅੱਜ ਉਹਨਾਂ ਦਾ ਬੇਰਹਿਮੀ ਨਾਲ ਕਤਲ ਹੁੰਦਾ ਔਰ ਕਤਲ ਤੁਸੀਂ ਵੇਖੋ ਇਹ ਚਰਚਾ ਚੱਲਦੀ ਹੈ ਪੁਲਿਸ ਤਾਂ 6 ਗੋਲੀਆਂ ਕਹਿ ਰਹੀਆਂ ਕਹਿੰਦੇ ਜੀ 15 ਗੋਲੀਆਂ ਉਹਨੂੰ ਮਾਰੀਆਂ ਗਈਆਂ ਨੇ ਔਰ ਪੁਲਿਸ ਦਾ ਕਵਰ ਅਪ ਤੁਸੀਂ ਵੇਖੋ ਕਮਾਲ ਦਾ ਬੰਦੇ ਦਾ ਕਤਲ ਹੁੰਦਾ ਜੀ 18 ਤਰੀਕ ਨੂੰ 9:30 8:47 ਮਿੰਟ ਤੇ 9:00 ਵਜੇ ਐਸਐਸਪੀ ਨੇ ਆਪਦਾ ਵਰਜਨ ਵੀ ਦੇ ਦਿੱਤਾ ਫੈਸਲਾ ਹੀ ਸੁਣਾ ਦਿੱਤਾ ਕਿ ਜਿਹੜਾ ਇਹ ਕਤਲ ਹੋਇਆ ਹੈ ਇਹ ਕਤਲ ਦਾ ਕਾਰਨ ਕਹਿੰਦੇ ਐਸਐਸਪੀ ਬਟਾਲਾ ਉਪਿੰਦਰਜੀਤ ਕੁਮਨ ਰੂਲਡ ਆਊਟ ਐਨੀ ਪੋਲਿਟੀਕਲ ਮੋਟਿਵ ਬਿਹਾਈਂਡ ði ਕਿਲਿੰਗ ਆਫ ਦਲਬੀਰ ਸਿੰਘ ਢਿਲਵਾ Who was the vice president of Gurdaspur unit of SAD, and also two-time serpent?